ਚੈਨਲ ਇੰਡੀਆ ਕ੍ਰਾਈਮ ਨਿਊਜ਼। ਮੈਂ ਹਾਂ ਨਰਿੰਦਰ ਕੌਰ ਪੁਰੇਵਾਲ, ਮੇਰੇ ਨਾਲ ਹੈ ਕ੍ਰਾਈਮ ਰਿਪੋਰਟਰ ਰਿੰਕੂ ਰਾਜਾ। ਪੁਲਿਸ ਜ਼ਿਲ੍ਹਾ ਬਟਾਲਾ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਜਗ੍ਹਾ ਜਗ੍ਹਾ ਕਰਫਿਊ ਲੱਗਾ ਹੋਇਆ ਹੈ, ਲੋਕਡਾਊਨ ਦੀ ਸਥਿਤੀ ਹੈ, ਉੱਥੇ ਹੀ ਡੇਰਾ ਬਾਬਾ ਨਾਨਕ ਦੀ ਪੁਲਿਸ ਦੇ ਹੱਥ ਇੱਕ ਉਸ ਵਕਤ ਵੱਡੀ ਕਾਮਯਾਬੀ ਲੱਗੀ ਜਿੱਥੇ ਇੱਕ ਗੈਂਗਸਟਰ ਤੇ ਉਹਦੇ ਦੋ ਸਾਥੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਹਨ ਤੇ ਨਾਲ ਹੀ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਲੋਕ ਹੀ ਨਕਲੀ ਨੰਬਰ ਪਲੇਟਾਂ ਲਗਾ ਕੇ ਜਗ੍ਹਾ ਜਗ੍ਹਾ ਮੋਟਰਸਾਈਕਲ ਵੇਚ ਦਿੰਦੇ ਸਨ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹਨਾਂ ਕੋਲੋਂ ਹੋਰ ਪੁੱਛਗਛ ਕੀਤੇ ਜਾਣ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਇੱਕ ਇਨਫੋਰਮੇਸ਼ਨ ਸੀ ਇਕਬਾਲ ਏ ਸੀ ਕੋਲ ਅਤੇ ਚੌਂਕੀ ਚਾਰਜ ਮਾਲਿਆ ਕੋਲ ਅਤੇ ਹੁਣੇ ਜਿਹੜੀ ਜੋ ਚੋਂ ਨਾ ਪਰੋਲ 'ਤੇ ਛੱਡੇ ਸੀਗੇ ਇੱਕ ਲੜਕਾ ਆ ਅਮਨਜੋਤ ਅਮੂ, ਇਹ ਪਰੋਲ 'ਤੇ ਸੀਗਾ ਲੇਕਿਨ ਇਹ ਪਹਿਲਾਂ ਵੀ ਮੋਟਰਸਾਈਕਲ 'ਤੇ ਚੋਰੀ ਦੇ ਕੇਸਾਂ ਜਾਂਦੇ ਰਹੇ ਅਤੇ ਹੁਣ ਵੀ ਇਹਨੂੰ ਚੁੱਕ ਕੇ ਇੰਟਰੋਗੇਸ਼ਨ ਕੀਤਾ ਜਿਹਦੇ ਕੋਲੋਂ ਮੋਟਰਸਾਈਕਲ ਬਣਾਉਣ ਨਾਲ ਇਹਦੇ ਦੋ ਸਾਥੀ ਨੇ ਪ੍ਰਦੀਪ ਸਿੰਘ ਦੀਪੂ ਅਤੇ ਇੱਕ ਜੀਵਨ ਸੀ, ਇਕੱਠੇ ਬਟਾਲੇ ਸ਼ਹਿਰ ਦੇ ਕੁਝ ਵਿਸ਼ਾਲ ਮੈਗਾ ਮਾਰਟ ਕੁਝ ਜਿਹੜੇ ਹੈਗੇ ਨੇ ਸਟੋਰ ਡੇਰਾ ਬਾਬਾ ਨਾਨਕ ਰੋਡ ਦੇ ਉਹਨਾਂ ਤੋਂ ਇਹਨਾਂ ਨੇ ਸਪਲੈਂਡਰ ਮੋਟਰਸਾਈਕਲ ਕਾਫੀ ਚੋਰੀ ਕੀਤੇ, ਜਿਹਨਾਂ ਕੋਲ 10 ਮੋਟਰਸਾਈਕਲ ਇਹਨਾਂ ਕੋਲ ਬਰਾਮਦ ਕਰ ਲਿਆ ਸੀ ਕੱਲ੍ਹ ਤੱਕ ਚੋਰੀ ਹੈ, ਹੋਰ ਵੀ ਇਹਨਾਂ ਕੋਲ ਬਰਾਮਦ ਹੋਣ ਦੀ ਆਸ ਹੈ। ਪਿੱਛੋਂ ਇਹ ਇਹਨਾਂ ਦਾ ਜਿਹੜੀ ਬੈਕਗਰਾਊਂਡ ਹੈ ਉਹ ਸਾਡੇ ਦੋ ਗੈਂਗਸਟਰ ਨੇ ਜਗਮੀਤ ਮੀਤਾ ਅਤੇ ਲਵਪ੍ਰੀਤ ਝੰਜੀਆਂ ਦਾ ਇੱਕ ਪੱਬਾ ਵਾਲੇ, ਉਹਨਾਂ ਦੇ ਇਹ ਜਿਹੜੇ ਸਾਥੀ ਨੇ ਉਹਨਾਂ ਕੋਲ ਗ੍ਰਿਫਤਾਰ ਕਰਕੇ ਇਹਨਾਂ 10 ਮੋਟਰਸਾਈਕਲ ਇਹਨਾਂ ਕੋਲ ਬਰਾਮਦ ਕਰ ਲਿਆ, ਹੋਰ ਇਹਨਾਂ ਕੋਲ ਛਾਣਬੀਨ ਅਜੇ ਕਰ ਲਈ। इंडिया क्राइम न्यूज़, जुर्म के